ਸਤਿ ਸ਼੍ਰੀ ਅਕਾਲ ਜੀ ਇੱਕ ਹੋਰ ਖੁਸ਼ਖਬਰੀ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਆਪਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੰਜਾਬ ਆਂਗਣਵਾੜੀ ਰਿਕੁਆਇਰਮੈਂਟ ਨਿਕਲੇ ਜੀ 2022 ਦੇ ਵਿੱਚ 17500 ਰੁਪਿਆ ਤਨਖਾਹ ਜੀ ਦਸਵੀਂ ਪਾਸ 12ਵੀਂ ਪਾਸ ਤੇ ਬੀਏ ਪਾਸ ਵੀ ਅਪਲਾਈ ਕਰ ਸਕਦੇ ਨੇ ਜੀ ਸਾਰੀ ਡਿਟੇਲ ਦੇਵਾਂਗੇ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰੈਨ ਹੈਲਥ ਅਕਸੈਸ ਸਬਸਕ੍ਰਾਈਬ ਨਹੀਂ ਕਰ ਚਾ ਚਲੋ ਆਪਾਂ ਚੱਲਦੇ ਜੀ ਮੇਨ ਤੁਹਾਡੀ ਰਿਕੁਆਇਰਮੈਂਟ ਤੇ ਕੀ ਕੀ ਰਿਕੁਆਇਰਮੈਂਟ ਆ ਕਿਹੜਾ ਅਪਲਾਈ ਕਰ ਸਕਦਾ ਤੁਸੀਂ ਆ ਦੇਖ ਸਕਦੇ ਹੋ ਜੀ ਸੋਸ਼ਲ ਵੈਲਫੇਅਰ ਐਂਡ ਸੋਸ਼ਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਆਈ ਸੀ ਡੀ ਐਸ ਪੰਜਾਬ ਦੇ ਵਿੱਚ रिक्वायरमेंट आउट हो रहीया ਨੇ ਜੀ ਇਹ ਤੇ ਕੈਨ ਮੇਲ ਐਂਡ ਫੀਮੇਲ ਦੋਨੇ ਬੋਥ ਅਪਲਾਈ ਕਰ ਸਕਦੇ ਨੇ ਜੀ ਨੋਟੀਫਿਕੇਸ਼ਨ ਰਿਲੀਜ਼ਡ 2022 ਦੇ ਵਿੱਚ ਨੋਟੀਫਿਕੇਸ਼ਨ ਆਏਗਾ ਜੀ ਤੇ سٹਾਰਟ ਕਦੋਂ ਹੋਣਗੇ ਜੀ 2022 ਦੇ ਵਿੱਚ ਹੀ ਇਹ ਫਾਰਮ ਸਟਾਰਟ ਹੋਣਗੇ ਜੀ 18 ਤੋਂ 40 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ ਪਲੱਸ ਏਜ ਰੈਲੈਕਸੇਸ਼ਨ ਹੋਵੇਗੀ ਜੀ ਆਨਲਾਈਨ ਮੋਡ ਦੇ ਵਿੱਚ ਅਪਲਾਈ ਕਰ ਸਕਦੇ ਨੇ ਤੇ ਆਲ ਐਨੀ ਵਨ ਅਪਲਾਈ ਕਰ ਸਕਦਾ ਜੀ ਤੇ ਸੈਲਰੀ ਅਪਦੇ ਹਿਸਾਬ ਨਾਲ ਠੀਕ ਹੈ ਜੀ 17500 ਤੋਂ ਸਟਾਰਟਿੰਗ ਹੈ ਜੀ ਤੇ ਉਸ ਤੋਂ ਬਾਅਦ ਨੈਕਸਟ ਦੇਖਦੇ ਹਾਂ ਜੀ ਆਪਾਂ ਅਜੇ ਪੋਸਟਾਂ ਨੇ ਉਹਦੇ ਬਾਰੇ ਵੀ ਹਲੇ ਡਿਟੇਲ ਨਹੀਂ ਦਿੱਤੀ ਜੀ ਅਪਡੇਟ ਸੂਨ ਦੱਸਿਆ ਗਿਆ ਜੀ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਜੀ ਆਪਾਂ ਇਹਦਾ ਸਿਲੈਕਸ਼ਨ ਪ੍ਰੋਸੈਸ ਤੁਹਾਨੂੰ ਦੱਸ ਦਿੰਨੇ ਆ ਜੀ ਪੇਪਰ ਹੋਵੇਗਾ ਜਿਹਦੇ ਵਿੱਚ ਬਾਕੀ ਜਦੋਂ ਵੀ ਨੋਟੀਫਿਕੇਸ਼ਨ ਆਉਂਦਾ ਇਸ ਦਾ ਫੁੱਲ ਡਿਟੇਲ ਦੇ ਵਿੱਚ ਉਹਦੇ ਡਿਟੇਲ ਤੁਹਾਨੂੰ ਦੇ ਦੇਵਾਂਗੇ ਆਪਾਂ 18 ਤੋਂ 40 ਸਾਲ ਤੱਕ ਅਪਲਾਈ ਕਰ ਸਕਦੇ ਨੇ ਜੀ ਫੀਸ ਦੀ ਨਿਲ ਹੈ ਕੋਈ ਫੀਸ ਨਹੀਂ ਹੈ ਇਸ ਦੀ ਬਾਕੀ ਟਾਈਮ ਤੇ ਜਦੋਂ ਨੋਟੀਫਿਕੇਸ਼ਨ ਅਪਡੇਟ ਤੁਸੀਂ ਦੇਖ ਸਕਦੇ ਹੋ ਸਟਾਰਟ ਕਦੋਂ ਹੋਣਗੇ ਜਦੋਂ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਫ ਜਾਣਕਾਰੀ ਦੇ ਦਵਾਂਗੇ ਜੀ ਉਸ ਤੋਂ ਬਾਅਦ 10ਵੀਂ 12ਵੀਂ ਗ੍ਰੈਜੂਏਟ ਠੀਕ ਹੈ ਜੀ ਆਲਸੋ ਆਲ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਜਿਸ ਨੂੰ 10ਵੀਂ ਪਾਸ ਵਾਲੇ ਵੀ ਤੇ ਜਲਦ ਹੀ ਨੋਟੀਫਿਕੇਸ਼ਨ ਆਊਟ ਹੋਵੇਗਾ ਜੀ ਇਹ ਮਈ ਦੇ ਮਹੀਨੇ ਤੱਕ ਤੁਹਾਡਾ ਨੋਟੀਫਿਕੇਸ਼ਨ ਇਹ ਆਊਟ ਹੋ ਜਾਵੇਗਾ ਜੀ ਆਂਗਣਵਾੜੀ ਵਰਕਰ ਦਾ ਠੀਕ ਹੈ ਇਹ ਵਰਕਰ ਦਾ ਨੋਟੀਫਿਕੇਸ਼ਨ ਆਊਟ ਹੋ ਜਾਵੇਗਾ ਤੇ ਬਾਕੀ ਜੇ ਆਉਣ ਵਾਲੇ ਟਾਈਮ 'ਚ ਜਦੋਂ ਵੀ ਕੋਈ ਅਪਡੇਟ ਆਉਂਦੀ ਹੈ ਇਸ ਬਾਰੇ ਅਸੀਂ ਤੁਹਾਨੂੰ ਨਾਲ ਦੀ ਨਾਲ ਸੁਚੇਤ ਕਰਾਵਾਂਗੇ ਉਸ ਤੋਂ ਪਹਿਲਾਂ ਇੱਕ ਗੁਜਾਰਸ਼ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਵੀ ਰਣ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਬਾਕੀ ਇਸੇ ਤਰ੍ਹਾਂ ਦੀ ਅਪਡੇਟ ਪਾਉਣ ਲਈ ਆਪਣੇ ਚੈਨਲ ਨੂੰ ਜਰੂਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ